ਸਤਿ ਸ੍ਰੀ ਅਕਾਲ ਦੋਸਤੋ, ਸਬਜ਼ੀ ਦੇ ਨਾਲ ਸੰਬੰਧਿਤ ਆਪਾਂ ਵਧੀਆ ਇੱਕ ਅੱਜ ਵੀਡੀਓ ਲੈ ਕੇ ਆਏ ਹਾਂ। ਜਿਹੜੇ ਵੀਰ ਕਹਿੰਦੇ ਕਿ ਸਾਨੂੰ ਕੋਈ ਸਪਰੇਅ ਨਾ ਕਰਨੀ ਪਵੇ, ਸਾਨੂੰ ਕੋਈ ਕੈਮੀਕਲ ਨਾ ਕਰਨਾ ਪਵੇ, ਅਸੀਂ ਆਪਦੇ ਜਿਹੜੇ ਦੋਸਤ ਨੂੰ ਕੀਟ ਪਤੰਗੇ, ਹਰਾ ਮੱਛਰ, ਕਾਲਾ ਮੱਛਰ ਜਾਂ ਤੇਲਾ ਜਾਂ ਜੋ ਆਪਾਂ ਨੂੰ ਫੰਗਸ ਵਾਲੇ ਕੀਟਾਣੂ ਆ, ਹੈ ਨਾ, ਕੀਟ ਪਤੰਗੇ ਆ ਜਾਂ ਫਰੂਟ ਫਲਾਈ, ਇਹਨਾਂ ਨੂੰ ਆਪਾਂ ਕੰਟਰੋਲ ਕਿਵੇਂ ਕਰ ਸਕਦੇ ਹਾਂ, ਅੱਜ ਤੁਹਾਨੂੰ ਅਸੀਂ ਇਹ ਤਰੀਕਾ ਦੱਸਾਂਗੇ। ਤੁਸੀਂ ਇਸ ਤਰੀਕੇ ਨਾਲ ਬਿਨਾਂ ਕੈਮੀਕਲ ਸਿੜਕੇ ਤੋਂ ਤੁਸੀਂ ਕੰਟਰੋਲ ਕਰ ਸਕਦੇ ਹਾਂ। ਜਿਹੜੇ ਵੀ ਘਰੇਲੂ ਬਗੀਚੀ ਵਿੱਚ ਸਬਜ਼ੀ ਲਾਉਂਦੇ ਉਹਨਾਂ ਲਈ ਬਹੁਤ ਵਧੀਆ ਇਹ, ਕਿਉਂਕਿ ਉਹ ਉਹਨਾਂ ਨੂੰ ਇੱਕ ਦੋ ਸੀਟਾਂ ਨਾਲ ਹੀ ਚੱਲ ਜਾਂਦਾ। ਜਿਹੜੇ ਵੱਡੇ ਸਕੇਲ 'ਤੇ ਸਬਜ਼ੀ ਲਾਉਂਦੇ, ਜਿਵੇਂ ਕਿ ਤੁਸੀਂ ਸਾਡੇ ਖੇਤ ਦੇ ਵਿੱਚ ਦੇਖ ਰਹੇ ਹੋ, ਤੁਹਾਨੂੰ ਨਾ ਆਹ ਜਿਹੜੇ ਬਲੂ ਅਤੇ ਯੈਲੋ ਸੀਟਾਂ ਜਾਂ ਟੰਗੀਆਂ ਦਿਖਾਈ ਦੇ ਰਹੀਆਂ, ਹੈ ਨਾ, ਅਤੇ ਇੱਕ ਅਸੀਂ ਫਰੂਟ ਫਲਾਈ ਟਰੈਪ ਲਾਏ ਆ, ਅਤੇ ਇਹ ਤੁਹਾਨੂੰ ਦੇਖ ਰਹੀਆਂ ਇਹ ਨਾ ਬਈ ਜਿਹੜੇ ਮੱਛਰ ਨੂੰ ਆਪਦੇ ਨਾਲ ਚਿੰਬੇੜ ਲੈਂਦੇ, ਇਹਨਾਂ ਦੇ ਉੱਤੇ ਗੂੰਦ ਲੱਗੀ ਹੁੰਦੀ ਆ, ਅਤੇ ਬਹੁਤ ਵਧੀਆ ਅਸੀਂ ਇਹ 40 ਕਰਮਾਂ ਦੀ ਸਾਡੀ ਵੱਟ ਆ, ਅਤੇ ਇੱਕ ਵੱਟ 'ਤੇ ਅਸੀਂ 3 ਲਾਏ ਆ, ਅਤੇ ਇੱਕ ਵੱਟ 'ਤੇ ਅਸੀਂ ਫਰੂਟ ਫਲਾਈ ਟਰੈਪ ਲਾਇਆ, 3 ਅਸੀਂ ਇਹ ਸੀਟਾਂ ਲਾਈਆਂ, ਜਿਹੜਾ ਕਿ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਦਾ, ਇਹ ਬਹੁਤ ਵਧੀਆ ਇਹ ਸਾਨੂੰ ਇਹਦਾ ਸਾਥ ਦੇ ਰਹੇ ਆ, ਅਤੇ ਇੱਕ ਤਾਂ ਫੰਗਸ ਨਹੀਂ ਪੈਂਦੀ, ਇੱਕ ਹਰਾ ਤੇਲਾ ਦਾ ਜਾਂ ਮੱਛਰ ਜਾਂ ਤੇਲੇ ਦੀ ਸ਼ਿਕਾਇਤ ਬਿਲਕੁਲ ਵੀ ਨਹੀਂ ਆਉਂਦੀ। ਤੁਹਾਨੂੰ ਅਸੀਂ ਨੇੜਿਓਂ ਕਰਕੇ ਦਿਖਾਉਂਦੇ ਹਾਂ, ਜਿਹੜਾ ਇਹ ਤੁਸੀਂ ਦੇਖ ਰਹੇ ਹੋ ਨਾ, ਕਰੋਮੈਟਿਕ ਟਰੈਪ ਇਹਨੂੰ ਕਹਿੰਦੇ ਆ। ਬੀਜਾਂ ਵਾਲੀ ਦੁਕਾਨਾਂ ਜਾਂ ਮਾਰਕੀਟ ਦੇ ਵਿੱਚੋਂ ਤੁਸੀਂ ਲੈ ਸਕਦੇ ਹਾਂ, ਕੰਪਨੀ ਤੁਸੀਂ ਕੋਈ ਵੀ ਖਰੀਦ ਸਕਦੇ ਹਾਂ, ਮੈਂ ਕਿਸੇ ਵੀ ਕੰਪਨੀ ਦੀ ਪ੍ਰਮੋਸ਼ਨ ਨਹੀਂ ਕਰਦਾ, ਤੁਸੀਂ ਇਹੀ ਖਰੀਦਣਾ, ਇਹ ਸਾਰੇ ਹੀ ਵਧੀਆ ਹੁੰਦੇ ਆ, ਅਤੇ ਇਹਨਾਂ ਦਾ ਕੰਮ ਹੈ ਇਹ ਗੂੰਦ ਲੱਗੀ ਹੁੰਦੀ ਆ ਅਤੇ ਮੱਛਰ ਤੇਲਾ ਜਿਹੜਾ ਇਹ ਨਾ ਆਪਦੇ ਵੱਲ ਖਿੱਚਦੇ ਆ, ਅਤੇ ਅਸੀਂ ਸਾਡਾ ਇਹ ਕੰਮ ਚੱਲ ਰਿਹਾ, ਅਸੀਂ ਹਜੇ ਅੱਜ ਹੀ ਲਾਏ ਆ, ਅਤੇ ਇਹਦੇ ਉੱਤੇ ਫਿਰ ਵੀ ਬਹੁਤ ਵੱਡੇ ਲੈਵਲ 'ਤੇ ਮੱਛਰ ਆ ਕੇ ਨਾਲ ਚੁੰਬੜ ਰਿਹਾ, ਅਤੇ ਤੁਸੀਂ ਦੇਖ ਸਕਦੇ ਹੋ, ਹੈ ਨਾ, ਜਿਹੜੇ ਵੀਰ ਘਰੇਲੂ ਬਗੀਚੀ ਲਾਉਂਦੇ ਆ ਅਤੇ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਸਪਰੇਅ ਨਾ ਕਰੀਏ, ਕੋਈ ਕੈਮੀਕਲ ਆਪਦੀ ਸਬਜ਼ੀ ਦੇ ਉੱਤੇ ਨਾ ਸਿੜਕੀਏ, ਹੈ ਨਾ, ਉਹ ਵੀਰ ਇਹ ਲਿਆ ਕੇ ਆਪਦੀ ਬਗੀਚੀ ਦੇ ਵਿੱਚ ਲਾ ਸਕਦੇ ਆ, ਜਿਨ੍ਹਾਂ ਨੂੰ ਇਹ ਰਿਜ਼ਲਟ ਬਹੁਤ ਵਧੀਆ ਮਿਲੂਗਾ। ਬਹੁਤ ਵਧੀਆ ਸਿਸਟਮ ਇਹ ਬਈ ਔਰਗੈਨਿਕ ਵਾਲੇ ਵੀਰਾਂ ਵਾਸਤੇ, ਤਾਂ ਇਹ ਬਹੁਤ ਵਧੀਆ ਜਿਹੜੇ ਕੈਮੀਕਲ ਨੂੰ ਨਹੀਂ ਪ੍ਰਮੋਟ ਕਰਦੇ, ਹੈ ਨਾ। ਇੱਕ ਤੁਸੀਂ ਆਹ ਬਈ ਟਰੈਪ, ਫਰੂਟ ਫਲਾਈ ਟਰੈਪ ਦੇ ਨਾਂ 'ਤੇ ਇਹ ਆਉਂਦੇ ਆ ਮਾਰਕੀਟ ਦੇ ਵਿੱਚ, ਤੁਸੀਂ ਇਹ ਲੈ ਸਕਦੇ ਆ, ਜਿਹੜੀਆਂ ਕਿ ਮੱਖੀਆਂ ਜਿਹੀਆਂ ਹੁੰਦੀਆਂ ਉਹ ਆਪਣੀ ਵੱਲ ਦੇ ਉੱਤੇ ਆ ਜਾਂਦੀਆਂ ਅਤੇ ਆਂਡੇ ਦੇ ਜਾਂਦੀਆਂ, ਉਸ ਤੋਂ ਬਾਅਦ ਆਪਣੀ ਵੱਲ ਨਾਲ ਆਪਣੇ ਫਰੂਟ ਦੇ ਉੱਤੇ ਜੀਅ ਬਣ ਜਾਂਦੇ ਆ, ਹੈ ਨਾ। ਤੁਸੀਂ ਇਹਦੇ ਵਿੱਚ ਇੱਕ ਤੁਸੀਂ ਦੇਖ ਰਹੇ ਹੋ ਟਿੱਕੀ ਜਿਹੀ ਲੱਗੀ ਹੈ, ਇਹ ਕੈਮੀਕਲ ਵਾਲੀ ਟਿੱਕੀ ਜਿਹੀ ਹੁੰਦੀ ਹੈ, ਅਤੇ ਇਹ ਨਾ ਫਰੂਟ ਫਲਾਈ ਨੂੰ ਆਪਦੇ ਵੱਲ ਖਿੱਚਦੀ ਹੈ, ਜਦੋਂ ਇਹਦੇ ਨੇੜੇ ਆਉਂਦੀ ਹੈ ਅਤੇ ਉਹ ਮਰਕੇ ਦੇ ਵਿੱਚ ਡਿੱਗ ਪੈਂਦੀ ਹੈ ਅਤੇ ਭਰ ਜਾਂਦਾ, ਅਤੇ ਇਹ ਸਾਰਾ ਕੰਮ ਅਸੀਂ ਆਪਦੇ ਖੇਤ ਦੇ ਵਿੱਚ ਵਧੀਆ ਕਰਦੇ ਹਾਂ, ਬੜੇ ਲੰਮੇ ਸਮੇਂ ਤੋਂ ਅਸੀਂ ਕਰਦੇ ਆ ਰਹੇ ਹਾਂ, ਅਤੇ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ। ਹਜੇ ਸਾਨੂੰ 10 ਕੁ ਮਿੰਟ ਹੋਏ ਆ ਲਾਇਆਂ ਨੂੰ, ਅਤੇ ਜਿਹੜਾ ਕਿ ਅਟੈਕ ਹੁੰਦਾ ਮੱਛਰ ਦਾ, ਅਤੇ ਉਹ ਸਾਰਾ ਇਹਦੇ 'ਤੇ ਤੁਸੀਂ ਦੇਖ ਸਕਦੇ ਹੋ, ਹੈ ਨਾ, ਇਹਦੇ ਨਾਲ ਹੀ ਚੁੰਬੜਦਾ ਰਹਿੰਦਾ। ਬਹੁਤ ਵਧੀਆ ਇਹ ਬਈ ਸਿਸਟਮ ਹੈ, ਅਤੇ ਤੁਸੀਂ ਲਾ ਸਕਦੇ ਆਪਦੇ ਖੇਤ ਦੇ ਵਿੱਚ। ਜੇਕਰ ਤੁਹਾਨੂੰ ਇਹ ਵਧੀਆ ਲੱਗੀ ਵੀਡੀਓ ਤਾਂ ਤੁਸੀਂ ਜ਼ਰੂਰ ਸ਼ੇਅਰ ਕਰਿਓ। ਧੰਨਵਾਦ ਜੀ।